ਮੈਸੀ ਵਾਲੀ ਰੇਸ ਹੁੰਦੀ ਹੈਗੀ ਇਹ ਪਟਿਆਲੇ ਤੋਂ ਸਾਨੂੰ ਮਿਲੀ ਹੈ। ਬਾਕੀ ਤੁਸੀਂ ਆਪਣੇ ਲੋਕਲ ਦੁਕਾਨਾਂ ਤੋਂ ਪਤਾ ਕਰ ਸਕਦੇ ਹੋ, ਉੱਥੋਂ ਵੀ ਮਿਲ ਸਕਦੀ ਹੈ। 400-500 ਰੁਪਏ ਦੀ ਇਹ ਮਿਲ ਜਾਂਦੀ ਹੈ ਕਿ ਸਾਨੂੰ ਥੋੜ੍ਹੀ ਜਿਹੀ ਮਹਿੰਗੀ ਲੱਗੀ ਸੀਗੀ, ਬਾਅਦ 'ਚ ਅਸੀਂ ਰੇਟ ਪਤਾ ਕੀਤਾ ਹੋਰ ਸਸਤੀ ਸੀਗੀ, 400-500 ਤੱਕ ਦੀ ਮਿਲ ਜਾਂਦੀ ਹੈ। ਹੁਣ 600-700 ਤੱਕ ਮੰਗਦੇ ਨੇਗੇ ਅਤੇ ਇਹ ਰੇਸ ਨੂੰ ਅੱਜ ਫਿੱਟ ਕਰਾਂਗੇ ਆਪਾਂ ਟਰੈਕਟਰ 'ਤੇ, ਇਹਦਾ ਹੀ ਸਾਰੀ ਵੀਡੀਓ ਤੁਹਾਨੂੰ ਦਿਖਾਵਾਂਗੇ। ਫਿਰ ਰੇਸ ਦੇ ਨਾਲ ਨਾਲ ਇਹ ਫੁੱਟਰੈਸਟ ਵੀ ਦਾ, ਫੁੱਟਰੈਸਟ ਦਾ ਵੀ ਕੰਮ ਕਰਦੀ ਹੈ, ਰੇਸ ਦੇ ਨਾਲ ਨਾਲ ਇਹ ਚੀਜ਼ ਫੁੱਟਰੈਸਟ ਦਾ ਵੀ ਕੰਮ ਕਰਦੀ ਹੈ। ਅਤੇ ਆਹ 6 ਸੂਟ ਦਾ ਸਰੀਆ ਪੁਰਾਣੇ, ਇਹ ਵੀਰੇ ਸਰਾ ਹੀ ਪਹਿਲਾਂ ਸਰੀਆ ਮੰਗਾ ਕੇ ਇਹਦੇ ਵਿੱਚ ਨਟ ਭਰਵਾਏ ਨੇ ਫਿਰ ਤੁਹਾਨੂੰ ਹੋਰ ਇਹ ਦੋਨੇ ਫੁੱਟਰੈਸਟਾਂ ਨੂੰ ਜੋੜਨ ਵਾਸਤੇ ਇਹ ਅਸਲ ਕੰਮ ਕਰਦਾ। ਇਹ ਸਰੀਆ ਜਿਹੜਾ ਪੁਰਾਣੇ ਬਣਾਇਆ ਜਿਨ੍ਹਾਂ ਦੀ ਦੁਕਾਨ ਤੋਂ ਅਸੀਂ ਇਹ ਕੰਮ ਕਰਵਾ ਰਹੇ ਹਾਂਗੇ, ਅਤੇ ਇਹ 6 ਸੂਟ ਦਾ ਸਰੀਆ ਲੈ ਕੇ ਇਹਦੇ ਵਿੱਚ ਹੋਲ ਕੀਤੇ ਨੇ, ਫਿਰ ਇਹਦੇ ਵਿੱਚ ਚੂੜੀ ਪਾ ਕੇ ਨਟ ਕੱਸ ਦਿੱਤੇ ਨੇ। ਇਹ ਚੂੜੀ ਇਹਦਾ ਤੁਸੀਂ ਆਹ ਸਮਝ ਸਕਦੇ ਹੋਗੇ ਵੀ ਇਹ ਚੂੜੀ ਦੇ ਨਾਲ ਇਸ ਤਰੀਕੇ ਨਾਲ ਇਹਦਾ ਜਗਾੜ ਤਿਆਰ ਕਰ ਦਿੱਤਾ ਹੈਗਾ, ਅਤੇ ਇਸ ਤਰੀਕੇ ਨਾਲ ਇਹਦੇ ਨਟ ਕੱਸੇ ਜਾਣਗੇ ਦੋਨੇ ਪਾਸੇ। ਕੋਈ ਵੈਲਡਿੰਗ ਨਹੀਂ, ਕੋਈ ਜਿਵੇਂ ਜੈਨੂਨ ਪਾਰਟ ਹੁੰਦਾ ਉਸ ਤਰੀਕੇ ਨਾਲ ਬਣਾ ਦਿੱਤਾ ਹੈਗਾ, ਅਤੇ ਇਹ ਇਸ ਤਰੀਕੇ ਨਾਲ ਫਿਰ ਬਾਅਦ 'ਚੋਂ ਫਿੱਟ ਹੋ ਜਾਊਗਾ ਦੋਨੇ ਪਾਸੇ। ਤੁਹਾਨੂੰ ਲਾ ਕੇ ਜਦੋਂ ਦੋਨੇ ਪਾਸੇ ਲੱਗ ਜੂਗਾ ਤਾਂ ਇਹਨੇ ਫਿੱਟ ਹੋ ਜਾਣਾ, ਅਤੇ ਪੂਰੀ ਮਜ਼ਬੂਤ ਚੀਜ਼ ਬਣਾਈ ਹੈਗੀ। ਚਾਹੇ ਉੱਤੇ ਇਹਦੇ ਖੜ੍ਹ ਜਾਓ, ਫੁੱਟਰੈਸਟ ਦੇ ਉੱਤੇ ਮੈਂ ਜਿਵੇਂ ਖੜ੍ਹ ਸਕਦੇ ਹਾਂ, ਜਿਵੇਂ ਮਰਜ਼ੀ ਜ਼ੋਰ ਪਈ ਜਾਵੇ, ਕੋਈ ਚੱਕਰ ਹੀ ਨਹੀਂ ਹੈਗਾ। ਇਹਦਾ 4600 ਤਿਆਰ ਕਰ ਰਹੇ ਹਾਂ। 4600 ਦੇ ਉੱਪਰਲੇ ਪਾਸੇ ਹੀ ਸਾਰੀ ਜਿਹੜੀ ਰੇਸ ਹੁੰਦੀ ਹੈ, ਇੱਕੋ ਹੀ ਰੇਸ ਹੁੰਦੀ ਹੈਗੀ। ਇਹਦੇ ਹੁਣ ਆਪਣੇ ਪੈਰ ਵਾਲੀ ਰੇਸ ਲਾਵਾਂਗੇ, ਇਹਦੇ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਅੱਗੇ ਪਤਾ ਲੱਗੂਗਾ ਵੀ ਇਹਦੇ ਪੈਰ ਵਾਲੀ ਰੇਸ ਕਿੱਥੇ ਲੱਗਦੀ ਹੈ, ਕਿਵੇਂ ਲੱਗਦੀ ਹੈ, ਅਤੇ ਕਿਵੇਂ ਇਹ ਵਰਕ ਕਰਦੀ ਹੈ, ਕਿੱਥੋਂ ਤੁਸੀਂ ਲਵਾ ਸਕਦੇ ਹੋਗੇ। ਆਪਣੇ ਸ਼ਹਿਰ 'ਚ ਵੀ ਤੁਸੀਂ ਜੇ ਆਪ ਕਿਸੇ ਤੋਂ ਮਿਸਤਰੀ ਤੋਂ ਲਵਾਉਣਾ ਚਾਹੁੰਦੇ ਹੋ ਉੱਥੇ ਵੀ ਲੱਗ ਸਕਦੀ ਹੈਗੀ। ਵੀਡੀਓ ਸਾਡੇ ਨਾਲ ਬਣੇ ਰਹੋ, ਜੁੜੇ ਰਹੋ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ। ਛੇ ਸੂਟ ਦਾ ਸਰੀਆ ਮੰਗਾ ਕੇ ਆਹ ਫੁੱਟਰੈਸਟ ਤੁਹਾਨੂੰ ਪਟਿਆਲੇ ਤੋਂ ਜਾਂ ਉਰੇ ਲੋਕਲ ਤੁਹਾਡੇ ਮਿਲਦੇ ਕਿਤੇ ਮਿਲੀ ਜਾਂਦੀ ਹੈ, ਮੈਸੀ ਵਾਲੀ ਰੇਸ ਕਹਿ ਕੇ ਪਤਾ ਲੱਗ ਜਾਂਦਾ ਹੈਗਾ। ਅਤੇ 6 ਸੂਟ ਦਾ ਸਰੀਆ ਲਾ ਕੇ ਉਰੇ ਵੈਲਡਿੰਗ ਕਰਕੇ ਇਹਦੀ ਸੈਟਿੰਗ ਹੋ ਚੁੱਕੀ ਹੈਗੀ। ਅਤੇ ਬਾਕੀ ਤੁਸੀਂ ਇਹਦਾ ਗੱਡੀ ਵਾਂਗੂ ਚੱਲੂ ਬਾਈ, ਹੈ ਨਾ, ਫਿਰ ਹੋਰ ਗੱਡੀ ਵਾਂਗੂ ਰੇਸ ਚੱਲਣੀ ਹੈ ਇਹ। ਹੱਥ ਵਾਲੀ ਰੇਸ ਨਵੀਂ ਲੈ ਆਏ ਸੀਗੇ ਅਤੇ ਇਹਦੀ ਪ੍ਰੋਪਰ ਹੁਣ ਇੱਕ ਵਾਰ ਸੈਟਿੰਗ ਕਰਤੀ ਹੈਗੀ। ਉਸ ਤੋਂ ਬਾਅਦ ਘੱਟ ਵੱਢ ਕਰਕੇ ਜੋ ਵੀ ਮਾੜੇ ਘਾਟ ਵੱਧ ਰਹੂਗੀ ਜਿਵੇਂ ਨੜ ਵੱਢਣੇ ਨੇਗੇ, ਇਹ ਕੰਮ ਬਾਅਦ 'ਚੋਂ ਕਰਾਂਗੇ। ਅਤੇ ਇਹਦੀ ਸੈਟਿੰਗ ਤੁਹਾਨੂੰ ਦਿਖਾਉਂਦੇ, ਜਿਹੜੀ ਆਪਣੀ ਆਹ ਰੇਸ ਵਾਲੀ ਤਾਰ, ਛੋਟਾ ਸਰੀਆ ਹੁੰਦਾ ਹੈਗਾ ਰੇਸ ਵਾਲਾ, ਇਹ ਸਰੀਏ ਦੇ ਨਾਲ ਹੀ ਇਹਦੀ ਸੈਟਿੰਗ ਕੀਤੀ ਹੈਗੀ। ਆਹ ਰੇਸ ਤੋਂ ਆਹ ਦੇਖੋ ਤੁਸੀਂ ਸਾਹਮਣੇ ਰੇਸ ਵਾਲੀ ਤਾਰ ਦੇ ਨਾਲ ਇਹਦੀ ਆਹ ਸਰੀਆ ਲਿਆ ਕੇ ਆਹ ਵੈਲਡ ਕਰਵਾ ਦਿੱਤਾ ਹੈਗਾ। ਇਹਦੇ ਨਾਲ ਪੂਰੀ ਇਹਦੀ ਸੈਟਿੰਗ ਹੋ ਗਈ ਹੈਗੀ ਦੇਖੋ। ਅਤੇ ਬਾਕੀ ਹੁਣ ਜਦੋਂ ਵਰਕ ਕਰੂਗਾ ਉਦੋਂ ਦੇਖਦੇ ਹਾਂ, ਇੱਕ ਵਾਰ ਟੈਸਟ ਕਰਕੇ ਚਲਾ ਕੇ ਦੇਖਦੇ ਹਾਂਗੇ। ਹੱਥ ਵਾਲੀ ਰੇਸ ਹੈਗੀ, ਇਹ ਅਲੱਗ ਵਰਕ ਕਰਦੀ ਹੈ, ਇਹ ਪੈਰ ਵਾਲੀ ਬਾਕੀ ਚਲਾ ਕਰਕੇ ਦੇਖਾਂਗੇ। ਵਾਇਰਿੰਗ ਇਹਦੀ ਸਾਰੀ ਨਿਕਲੀ ਹੋਈ ਹੈਗੀ, ਸਟਾਰਟ ਕਰਨ ਤੋਂ ਬਾਅਦ ਵੀ ਰੇਸ ਦੇ ਕੇ ਦੇਖਦੇ ਹਾਂ ਕਿਵੇਂ ਕੰਮ ਕਰਦੀ ਹੈ ਰੇਸ। ਪ੍ਰੋਪਰ ਹੈ ਪੂਰੀ, ਕਿਆ ਬਾਤ ਹੈ, ਨਜ਼ਾਰਾ ਹੀ ਬੜਾ ਆ ਰਿਹਾ। 4600 ਦੇ ਅਸੀਂ ਫਿੱਟ ਕਰ ਦਿੱਤੀ ਹੈ ਰੇਸ 'ਤੇ, ਤੁਸੀਂ ਦੇਖ ਲਿਆ ਇਹਦਾ ਰਿਜ਼ਲਟ, ਬਹੁਤ ਸੋਹਣਾ ਰਿਜ਼ਲਟ ਹੈਗਾ ਅਤੇ ਬਹੁਤ ਤਰੀਕੇ ਘੈਂਟ ਤਰੀਕੇ ਨਾਲ ਚੱਲਦੀ ਹੈਗੀ। ਅਤੇ ਸਾਡੇ ਨਾਲ ਇਸੇ ਤਰੀਕੇ ਨਾਲ ਜੁੜੇ ਰਹੋ, ਅਸੀਂ 4600 ਤਿਆਰ ਕਰਵਾ ਰਹੇ ਹਾਂਗੇ ਅਤੇ ਉਹਦੀਆਂ ਸਾਰੀਆਂ ਵੀਡੀਓਜ਼ ਇੰਜਣ ਕਨਾਟ ਤੋਂ ਲੈ ਕੇ ਹੁਣ ਤੱਕ ਸਾਰੀਆਂ ਅਸੀਂ ਅਪਲੋਡ ਕਰਦੇ ਆ ਰਹੇ ਹਾਂ ਅਤੇ ਅੱਗੇ ਵੀ ਕਰਾਂਗੇ। ਹੁਣ ਇਹਦੇ ਹੀ ਅੱਗੇ ਪੇਂਟ ਜੋਬ ਹੋਣੀ ਹੈਗੀ, ਪੇਂਟ ਦਾ ਕੰਮ ਸ਼ੁਰੂ ਹੋਣਾ ਹੈਗਾ, ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਸ ਕੁਆਲਿਟੀ ਦਾ ਪੇਂਟ ਕਰਾ ਰਹੇ ਹਾਂ, ਕਿਵੇਂ ਹੁੰਦਾ,
पेंट दे विच की चीज़ा पाईया जांदियां नेगियां ते किन्ने कोड किन्नी लेयर हुंदियां नेगियां जदों पेंट करदे नेगे ते उह सारा कुछ तुहाडे नाल सांझा करांगे। साडे नाल जुड़े रहो, साडा चैनल सबसक्राइब कर दो ते इस तरीके नाल साडे नाल प्यार बनाई रखो।